आउज़ुबल इम शज़ीम बसमरमान रहीम इकर बस्मल्लाज़ि खल खलकिन मिन इकरबुकम अल्लाज़ील्लमा बिलकलमल्ल इंसान मालम ालम सदल अल्ला महमदिन नबी वल वसम तसलीमन असलकम दोस्तो दोस्तों मैं अज के बारे गाल करना चाहना ਕੋਈ ਵੀ ਮਾਸ਼ਰਾ ਕੋਈ ਵੀ ਮੁਲਕ ਕੋਈ ਵੀ ਸੋਸਾਇਟੀ تعلیم ਤੋਂ ਬਗੈਰ ਅੱਗੇ ਨਹੀਂ ਵੱਧ ਸਕਦੀ। ਅਗਰ ਅਸੀਂ ਦੁਨੀਆ ਦੇ ਨਾਲ ਚੱਲਣਾ ਦੁਨੀਆ ਦਾ ਮੁਕਾਬਲਾ ਕਰਨਾ ਤੇ ਸਾਨੂੰ تعلیم ਦੇ ਵਿੱਚ ਖਾਸ ਤੌਰ ਦੇ ਉੱਤੇ ਬੱਚਿਆਂ ਦੀ تعلیم ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਆ। ਪਾਕਿਸਤਾਨ ਦੇ ਵਿੱਚ ਬੇਸ਼ੁਮਾਰ ਅਜਿਹੇ ਇਲਾਕੇ ਆ ਜਿੱਥੇ ਪ੍ਰਾਇਮਰੀ ਸਕੂਲ ਵੀ ਨਹੀਂ ਹੈਗੇ। ਪ੍ਰਾਇਮਰੀ تعلیم ਦੀ ਸਹੂਲਤ ਵੀ ਮੌਜੂਦ ਨਹੀਂ ਹੈਗੀ। ਪਾਕਿਸਤਾਨ ਦੇ ਕਰੋੜਾਂ ਬੱਚੇ ਜਿਹੜੇ ਆ ਉਹ ਸਕੂਲਾਂ ਤੋਂ ਬਾਹਰ ਆ। ਔਰ ਇਦਾਂ ਦੀ ਕੌਮ ਦੇ ਨਾਲ ਅਸੀਂ ਦੁਨੀਆ ਦਾ ਕਿੱਦਾਂ ਮੁਕਾਬਲਾ ਕਰ ਸਕਦੇ ਹਾਂ ਔਰ ਸਾਡਾ ਤਾਲੀਮੀ ਸਟੈਂਡਰਡ ਵੀ ਦੁਨੀਆ ਦੇ ਮੁਕਾਬਲੇ 'ਚ ਬਹੁਤ ਪਿੱਛੇ ਆ ਪਾਕਿਸਤਾਨ 'ਚ ਅਗਰ ਕੋਈ ਬੰਦਾ ਸਿੰਪਲ ਐਫਏ ਜਾਂ ਬੀਏ ਕਰ ਲੈਂਦਾ ਪਾਕਿਸਤਾਨ ਦੇ ਅੰਦਰ ਤੇ ਉਹ ਕੋਈ ਛੋਟੀ ਮੋਟੀ ਜੌਬ ਕਰ ਸਕਦਾ ਲੇਕਿਨ ਜਦ ਉਹ ਦੁਨੀਆ 'ਚ ਬਾਹਰ ਨਿਕਲਦਾ ਦੂਸਰੇ ਮੁਲਕਾਂ 'ਚ ਜਾਂਦਾ ਮੈਨੂੰ ਦੱਸੋ ਕਿ ਸਿੰਪਲ ਐਫਏ ਕੀਤਾ ਆ ਜਾਂ ਸਿੰਪਲ ਬੀਏ ਕੀਤੇ ਬੰਦੇ ਨੂੰ ਦੁਨੀਆ ਕੀ ਜੌਬ ਜਿਹੜੀ ਆਫਰ ਕਰ ਸਕਦੀ ਆ ਇਸਲਾਮ ਦੇ ਵਿੱਚ ਤਾਲੀਮ علم حاصل کرنا ਕਿੰਨਾ ਜ਼ਰੂਰੀ ਆ ਉਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾਓ ਕਿ ਅੱਲਾਹ ਤਾਲਾ ਨੇ ਆਪਦੇ ਆਖਰੀ رسول ਸਰਕਾਰੇ دو عالم حضرت محمد مصطفی صلی اللہ علیہ والہ وسلم دی طرف ਜਿਹੜੀ ਪਹਿਲੀ وحی ਭੇਜੀ ਉਹ علم ਦੇ ਬਾਰੇ ਵਿੱਚ ਸੀਗੀ اسلام ਦਾ بیسک علم ਹਰ ਮੁਸਲਮਾਨ ਮਰਦ ਔਰ ਔਰਤ ਤੇ ਫਰਜ਼ਾ ਔਰ دینی تعلیم ਦੇ ਨਾਲ ਨਾਲ ਦੁਨਿਆਵੀ تعلیم ਜਿਹੜੀ ਆ ਇਹ ਵੀ ਇੰਤਹਾਈ ਜ਼ਰੂਰੀ ਆ ਜਦੋਂ ਅਸੀਂ ਪਾਕਿਸਤਾਨੀ معاشرے ਦੀ ਗੱਲ ਕਰਦੇ ਆ ਤੇ ਪਾਕਿਸਤਾਨ ਦਾ ਜਿਹੜਾ ਲੋ ਇਨਕਮ ਵਾਲਾ ਤਬਕਾ ਵਾ ਗਰੀਬ ਲੋਕ ਜਿਹੜੇ ਆ ਉਹ ਆਪਦੀ ਔਲਾਦ ਦੇ ਵਿੱਚ ਚੂਸ ਕਰਦੇ ਆ ਉਹ ਆ ਉਹਦੇ ਬੱਚਿਆਂ ਨੂੰ ਤਾਂ تعلیم ਦਲਾਉਂਦੇ ਆ ਲੇਕਿਨ ਬੱਚਿਆਂ ਨੂੰ ਖਾਸ ਤੌਰ ਦੇ ਉੱਤੇ ਉਹਨਾਂ ਨੂੰ تعلیم ਵਾਸਤੇ ਇਹਨੇ ਸੀਰੀਅਸ ਨਹੀਂ ਹੁੰਦੀ ਮਾਈਂਡ ਸੈਟ ਉਹਨਾਂ ਦਾ ਇਹ ਆ ਕਿ ਮੁੰਡਾ ਜਿਹੜਾ ਅਗਰ ਪੜ੍ਹ ਲੈ ਗਿਆ ਉਹ ਬਾਹਰ ਜਾ ਕੇ ਕੰਮ ਕਰੂਗਾ ਕਮਾ ਕੇ ਲਿਆਊਗਾ ਕੁੜੀ ਨੇ ਤਾਂ ਘਰੀ ਸਾਂਭਣਾ ਹਾਲਾਂਕਿ ਇਹ ਸੋਚ ਗਲਤ ਆ ਪਾਕਿਸਤਾਨ ਦੇ ਵਿੱਚ ਅਗਰ ਕੋਈ ਔਰਤ ਪੜ੍ਹੀ ਲਿਖੀ ਨਹੀਂ ਹੈਗੀ ਬੇਸ਼ੁਮਾਰ ਇਦਾਂ ਦੇ ਵਾਕਿਆਤ ਹੋਏ ਆ ਕਿ ਪ੍ਰੈਗਨੈਂਸੀ ਦੇ ਦੌਰਾਨ ਉਹਨੂੰ ਬੇਸ਼ੁਮਾਰ ਮੁਸ਼ਕਲਾਂ ਆਉਂਦੀ ਆ ਉਹਦੇ ਬੱਚੇ ਜਿਹੜੇ ਬਿਮਾਰ ਹੋ ਜਾਣ ਤੇ ਉਹ ਪ੍ਰੋਪਰ ਤਰੀਕੇ ਦੇ ਨਾਲ ਬੱਚਿਆਂ ਦੀ ਲੁੱਕ ਆਫਟਰ ਨਹੀਂ ਕਰ ਸਕਦੀ ਕਿਉਂਕਿ ਉਹਦੇ ਕੋਲ ਚਾਈਲਡ ਕੇਅਰ ਦਾ ਐਕਸਪੀਰੀਅੰਸ ਨਹੀਂ ਹੁੰਦਾ ਇੱਕ ਪੜ੍ਹੀ ਲਿਖੀ ਔਰਤ ਜਿਹੜੀ ਆ ਉਹ ਆਪਦੇ ਬੱਚਿਆਂ ਦੀ ਅੱਛੀ ਪਰਵਰਿਸ਼ ਕਰ ਸਕਦੀ ਆ ਅੱਛੀ ਤਰਬੀਅਤ ਕਰ ਸਕਦੀ ਆ ਬੱਚਿਆਂ ਨੂੰ ਉਹ تعلیم ਦੇ ਸਕਦੀ ਆ ਸੋ ਇਹਦੇ ਵਾਸਤੇ ਮਰਦ ਔਰਤ ਦੋਨਾਂ ਦਾ تعلیم ਹਾਸਲ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ تعلیم ਤੋਂ ਬਿਨਾਂ ਸਾਡਾ ਮੁਲਕ ਜਿਹੜਾ ਉਹ ਅੱਗੇ ਨਹੀਂ ਜਾ ਸਕਦਾ ਔਰ ਸਾਡੇ ਮਾਜਰੇ ਦੀ مناਫਕਤ ਦੇਖੋ ਕਿ ਪਾਕਿਸਤਾਨ ਦੇ ਵਿੱਚ ਅਕਸਰ ਲੋਕ ਤੁਸੀਂ ਸੁਣਿਆ ਹੋਊਗਾ ਨਹੀਂ ਜੀ ਔਰਤ ਨੂੰ ਪਰਦਾ ਕਰਨਾ ਚਾਹੀਦਾ ਘਰ ਬੈਠਣਾ ਚਾਹੀਦਾ ਔਰ ਇਹ ਗੱਲ ਠੀਕ ਆ ਇਸਲਾਮ ਨੇ ਔਰਤ ਨੂੰ ਪਰਦੇ ਦਾ ਹੁਕਮ ਦਿੱਤਾ ਔਰਤ ਨੂੰ ਪਰਦਾ ਕਰਨਾ ਚਾਹੀਦਾ ਲੇਕਿਨ ਇਸੇ ਇਸਲਾਮ ਨੇ ਸਾਨੂੰ ਇਹ ਦਰਸ ਦਿੱਤਾ ਸਾਨੂੰ ਇਹ تعلیم ਦਿੱਤੀ ਆ ਕਿ ਤੁਹਾਡੇ ਇਰਦਗਿਰ ਜਿਹੜੀਆਂ ਬੇਸਹਾਰਾ ਔਰਤਾਂ ਵਾਂ ਜਿਹੜੇ ਯਤੀਮ ਬੱਚੇ ਬੱਚੀਆਂ ਵਾਂ ਉਹਨਾਂ ਦੀ ਲੋਕ ਆਫਟਰ ਕਰੋ ਉਹਨਾਂ ਦੀ ਹਿਫਾਜ਼ਤ ਕਰੋ ਕੋਈ ਬੇਵਾ ਮਾਂ ਪੈਣਾ ਵਾਂ ਜਿਨ੍ਹਾਂ ਦੇ ਖਾਵਨ ਫੌਤ ਹੋ ਚੁੱਕੇ ਆ ਉਹਨਾਂ ਦੇ ਬੱਚੇ ਆ ਕੀ ਸਾਡਾ ਮਾਸ਼ਰਾ ਉਹਨਾਂ ਨੂੰ ਦੋ ਵਕਤ ਦੀ ਰੋਟੀ ਪ੍ਰੋਵਾਈਡ ਕਰਦਾ ਕੀ ਸਾਡਾ ਮਾਸ਼ਰਾ ਜਿਹੜਾ ਉਹਨਾਂ ਦੇ ਬੱਚਿਆਂ ਦੀ تعلیم ਜਿਹੜੀ ਆ ਉਹਦੇ ਵਾਸਤੇ ਉਹਨਾਂ ਨੂੰ ਕੋਈ ਸਹੂਲਤਾਂ ਫਰਾਮ ਕਰਦਾ ਸਾਡੇ ਮਾਸ਼ਰੇ ਵਿੱਚ ਮੁਨਾਫਕਤ ਆ ਛੋਟੀਆਂ-ਛੋਟੀਆਂ ਬੱਚੀਆਂ ਬੱਚੇ ਲੋਕ ਗੁਰਬਤ ਤੋਂ ਤੰਗ ਆਣ ਕੇ ਉਹਨਾਂ ਦੇ ਮਾਪੇ ਉਹਨਾਂ ਨੂੰ ਦੂਸਰਿਆਂ ਦੇ ਘਰਾਂ 'ਚ ਕੰਮ ਕਰਨ ਵਾਸਤੇ ਭੇਜ ਦਿੰਦੇ ਆ ਔਰ ਖਾਸ ਤੌਰ ਤੇ ਬੱਚੀਆਂ ਜਿਹੜੀਆਂ ਦੂਸਰਿਆਂ ਦੇ ਘਰਾਂ 'ਚ ਜਾ ਕੇ ਕੰਮ ਕਰਦੀਆਂ ਬਾਜ਼ੁਕਾਤ ਉਹ ਆਉਦੀ ਇੱਜ਼ਤ ਤੋਂ ਵੀ ਹੱਤੋਂ ਬੈਠਦੀਆਂ ਕਿਉਂਕਿ ਸਾਡਾ ਮਾਸ਼ਰਾ ਬੀੜੀਆ ਬਣ ਜਾਂਦਾ ਤੁਹਾਨੂੰ ਯਾਦ ਹੋਊਗਾ ਕੁਝ ਸਾਲ ਪਹਿਲੇ ਇੱਕ ਉਸਮਾ ਨਾਮੀ ਲੜਕੀ ਲਾਹੌਰ ਦੇ ਵਿੱਚ 16 ਸਾਲਾਂ ਦੀ ਉਹ ਬੱਚੀ ਸੀਗੀ ਗਰੀਬ ਮਾਪੇ ਨੇ ਉਹਨੂੰ ਛੱਡਿਆ ਸੀ ਉੱਥੇ ਕਿਸੇ ਦੇ ਘਰ ਕੰਮ ਕਰਦੀ ਸੀਗੀ ਤੇ ਉਹਨਾਂ ਨੇ ਤਸ਼ੱਦਦ ਕਰਕੇ ਉਹਨੂੰ ਕਤਲ ਕਰਤਾ ਔਰ ਸਾਡੀਆਂ ਅਦਾਲਤਾਂ ਮਾਸ਼ਾਅੱਲਾ ਸਾਡੇ ਮੁਲਕ ਦੇ ਵਿੱਚ ਅਮੀਰ ਵਾਸਤੇ ਕਾਨੂੰਨ ਹੋਰ ਆ ਗਰੀਬ ਵਾਸਤੇ ਹੋਰ ਆ ਗਰੀਬ ਬੰਦੇ ਨੂੰ ਤੇ ਸਾਫ਼ ਮਿਲਦਾ ਹੀ ਨਹੀਂ ਗਰੀਬ ਬੰਦਾ ਬਲਕਿ ਜਾਂਦਾ ਹੀ ਨਹੀਂ ਕਿ ਮੈਨੂੰ ਕਿਹੜਾ ਇਨਸਾਫ਼ ਲੱਭਣਾ ਸੋ ਅਗਰ ਇੱਕ ਔਰਤ ਜਿਹੜੀ ਆ ਉਹ ਜਾ ਕੇ ਖੇਤਾਂ 'ਚ ਕੰਮ ਕਰ ਸਕਦੀ ਆ ਲੋਕਾਂ ਦੇ ਘਰਾਂ ਚ ਜਾ ਕੇ ਉਹਨਾਂ ਦੇ ਗੰਦੇ ਭਾਂਡੇ ਤੇ ਗੰਦੇ ਕੱਪੜੇ ਧੋ ਸਕਦੀ ਆ ਉਹ ਔਰਤ ਜਾ ਕੇ ਸੜਕ ਦੇ ਉੱਤੇ ਲੁੱਕ ਪਾ ਸਕਦੀ ਆ ਪੱਥਰ ਸਿੱਟ ਸਕਦੀ ਆ ਉਹ ਛੋਟੇ ਮੋਟੇ ਕੰਮ ਕਰ ਸਕਦੀ ਆ ਤੇ ਫਿਰ ਉਹੀ ਔਰਤ ਪੜ੍ਹ ਲਿਖ ਕੇ ਕੋਈ ਬਾਵਕਾਰ ਕੋਈ ਅੱਛੀ ਜੌਬ ਕਿਉਂ ਨਹੀਂ ਕਰ ਸਕਦੀ ਔਰਤ ਟੀਚਰ ਕਿਉਂ ਨਹੀਂ ਬਣ ਸਕਦੀ ਔਰਤ ਜਿਹੜੀ ਆ ਉਹ ਨਰਸ ਕਿਉਂ ਨਹੀਂ ਬਣ ਸਕਦੀ ਹੋਰ ਔਰਤ ਵੀ ਪੜ੍ਹ ਲਿਖ ਕੇ ਕੋਈ ਅੱਛੀ ਜੌਬ ਕਿਉਂ ਨਹੀਂ ਕਰ ਸਕਦੀ ਇਹ ਬਨਾਫਕਤਾ ਸਾਡੇ ਮਾਸ਼ੇ ਦੀ اسلام ਨੇ عورتوں ਨੂੰ پردے ਦਾ حکم ਦਿੱਤਾ اور اسلام نے ریاست ਨੂੰ اسلام نے لوگا ਨੂੰ ਇਹ حکم ਦਿੱਤਾ ਜਿਹੜੇ ਮਾਲਦਾਰ ਲੋਕ ਆ ਕਿ ਆਪਣੇ ਇਰਦਗਿਰ ਜਿਹੜੇ ਯਤੀਮ ਬੱਚੇ ਬੱਚੀਆਂ ਵਾ بیਵਾ ਬੇਸਾਰਾ ਲੋਕ ਆ ਉਹਨਾਂ ਦੀ ਹਫਾਸਤ ਕਰੋ ਆਪਣਾ ਮਾਲ ਉਹਨਾਂ ਤੇ ਖਰਚ ਕਰੋ ਮਾਹੌਲ ਦੇ ਵਿੱਚ ਅਗਰ ਕੋਈ ਸਾਡਾ ਪਹਿਣ ਭਾਈ ਕੋਈ ਸਾਡਾ ਰਿਸ਼ਤੇਦਾਰ ਜਾਂ ਸਾਡਾ ਕੋਈ ہمسਾਇਆ ਕੋਈ ਵੈਸੇ ਵੀ ਕੋਈ ਬੰਦਾ ਅਗਰ ਉਹ ਗਰੀਬ ਆ ਜ਼ਰੂਰਤਮੰਦਾ ਉਹ ਜ਼ਿੰਦਗੀ ਦੀ ਦੌੜ ਚ ਪਿੱਛੇ ਰਹਿ ਗਿਆ ਵਾ ਤੇ ਉਹਨਾਂ ਦੀ ਲੋਕ ਆਫਟਰ ਕਰਨਾ ਸਾਡਾ ਫਰਜ਼ ਆ ਸੋ ਮੈਂ ਗੱਲ ਕਰ ਰਹੀ ਸੀ تعلیم ਦੀ ਕਿ تعلیم ਜਿਹੜੀ ਆ ਇਹ ਬਹੁਤ ਜ਼ਰੂਰੀ ਆ ਔਰ ਖਾਸ ਤੌਰ ਦੇ ਤੇ ਬੱਚੀਆਂ ਦੀ تعلیم ਕਿਉਂਕਿ ਔਰਤ ਨੇ ਕੰਮ ਸੰਭਾਲਣਾ ਵਾ ਔਰ ਇਹ ਚੀਜ਼ ਗਲਤ ਆ ਸਾਡੀ ਸੋਚ ਗਲਤ ਆ تعلیم ਸਿਰਫ ਜੋਬ ਵਾਸਤੇ ਨਹੀਂ ਹਾਸਲ ਕੀਤੀ ਜਾਂਦੀ ਕਿ ਅਸੀਂ ਨੌਕਰੀ ਕਰਨੀ ਆ ਨੌਕਰੀ ਬੇਸ਼ੱਕ ਤੁਸੀਂ ਨਾ ਕਰੋ ਲੇਕਿਨ تعلیم ਜਿਹੜੀ ਆ ਉਹ ਇਨਸਾਨ ਨੂੰ ਰੈਣਾ ਸਹੁੰਦੀ ਆ ਦੁਨੀਆ ਦੇ ਨਾਲ ਚੱਲਣਾ ਸਿਖਾਉਂਦੀ ਆ ਤਾਲੀਮ ਜਿਹੜੀ ਆ ਇਨਸਾਨ ਨੂੰ ਸ਼ੌਅਰ ਦਿੰਦੀ ਆ ਇਨਸਾਨ ਨੂੰ ਦੁਨੀਆ ਨੂੰ ਸਮਝਣ ਦੀ ਸਨ ਮਲੂਮਾਤ ਮਿਲਦੀ ਆ ਸੋ ਇਕਵਲ ਅਪਰਚੂਨਿਟੀ ਮਿਲਣੀ ਚਾਹੀਦੀ ਆ ਕੁੜੀਆਂ ਔਰ ਮੁੰਡਿਆਂ ਨੂੰ ਕਿ ਜਿਦਾ ਮੁੰਡਿਆਂ ਨੂੰ ਅਪਰਚੂਨਿਟੀ ਮਿਲਦੀ ਆ ਬੱਚਿਆਂ ਨੂੰ ਵੀ ਮਿਲੇ ਬੇਸ਼ੱਕ ਤੁਸੀਂ ਬੱਚੇ ਬੱਚਿਆਂ ਦੀ ਤਾਲੀਮ ਮਤਲਬ ਅਲੱਗ ਅਲੱਗ ਬਿਠਾ ਕੇ ਉਹਨਾਂ ਨੂੰ ਦਿਓ ਯਾਨੀ ਬੱਚਿਆਂ ਦੇ ਸਕੂਲ ਅਲੱਗਾ ਕਰ ਦਿਓ ਬੱਚਿਆਂ ਦੇ ਅਲੱਗਾ ਕਰ ਦਿਓ ਲੇਕਿਨ ਤਾਲੀਮ ਬਹੁਤ ਜ਼ਰੂਰੀ ਆ ਬਹੁਤ ਇੰਪੋਰਟੈਂਟ ਆ ਐਜੂਕੇਸ਼ਨ ਤੋਂ ਬਗੈਰ ਅਸੀਂ ਦੁਨੀਆ ਦੇ ਨਾਲ ਨਹੀਂ ਚੱਲ ਸਕਦੇ ਅਸੀਂ ਆਲਰੇਡੀ ਦੁਨੀਆ 'ਚ ਬਹੁਤ ਪਿੱਛੇ ਰਹਿ ਗਏ ਆ ਸੋ ਦੋਸਤੋ ਇਲਮ ਵਾਸਤੇ ਕੋਸ਼ਿਸ਼ ਕਰੋ ਕਿਉਂਕਿ ਤਾਲੀਮ ਤੋਂ ਬਗੈਰ ਸਾਡਾ ਮਾਸ਼ਰਾ ਤਰੱਕੀ ਨਹੀਂ ਕਰ ਸਕਦਾ ਅਸੀਂ ਆਪਣੇ ਆਪ ਨੂੰ ਖੁਦ ਡਿਸਐਡਵਾਂਟੇਜ ਤੇ ਰੱਖ ਰਹੇ ਹਾਂ ਕਿ ਜਿਹੜਾ ਅਸੀਂ ਮਤਲਬ ਖਾਸ ਤੌਰ ਤੇ ਬੱਚਿਆਂ ਦੀ تعلیم ਦਿੰਦੇ ਅਸੀਂ ਜ਼ਿਆਦਾ ਬੱਚਿਆਂ ਦੀ تعلیم ਦਿੰਦੇ ਅਸੀਂ ਜ਼ਿਆਦਾ ਜਿਹੜੀ ਆ ਉਹ ਕੋਸ਼ਿਸ਼ ਨਹੀਂ ਕਰ ਰਹਾ ਔਰ ਇਹਦੇ ਤੇ ਫੋਕਸ ਨਹੀਂ ਕਰ ਰਹਾ ਕਿਉਂਕਿ ਇਸਲਾਮ ਦੇ ਵਿੱਚ ilm ਹਾਸਲ ਕਰਨਾ ਜਿਹੜਾ ਇਹ ਹਰ ਮਰਦ ਔਰ ਔਰਤ ਤੇ ਫਰਜ਼ ਘਰਾੜ ਦਿੱਤਾ ਗਿਆ دینی تعلیم ਜਿਹੜੀ ਆ ਔਰ ਨਾਲ ਨਾਲ ਦੁਨਿਆਵੀ تعلیم ਜਿਹੜੀ ਆ ਇਹ ਵੀ ਬਹੁਤ ਜ਼ਰੂਰੀ ਆ ਓਕੇ ਜੀ ਥੈਂਕ ਯੂ ਵੈਰੀ ਮਚ ਜੀ ਅੱਲਾ ਹਫਜ਼